जसनीत दी नेचर काफ़ी वधिया लगी मैनू और जो मेन चीज़ सी कि कितना कितने मेरी एंड जसनीत दी काफ़ी चीज़ां इदां दी ना जो कॉमन है ते उस टाइम जब वो हंस रही सी ते मैं उसकी स्माइल देखी ते मतलब फिदा हो गया दी स्माइल ते ते मैं क्या नहीं आ ही है कुड़ी ते उसी टाइम मैंने लग गया नहीं यार जट जट्टा तेरा शिकार हो गया तुझको कितना चाहता हूँ ये तू कभी सोच ना सके ਛੋਟੇ ਹੁੰਦੇ ਤਾਂ ਬਹੁਤ ਸ਼ਰਾਰਤਾਂ ਕਰਦਾ ਸੀ ਇੰਨੀਆਂ ਸ਼ਰਾਰਤਾਂ ਕਿ ਮਤਲਬ ਕਿਸੇ ਦੇ ਘਰ ਮੈਂ ਲੈ ਕੇ ਜਾਂਦੀ ਸੀ ਨਾ ਇਹਨੇ ਤੋੜ ਫੋੜ ਯੇ ਵੋ ਅਤੇ ਮੈਂ ਜਾਂਦੀ ਨਹੀਂ ਸੀ ਗਗਨ ਸਭ ਤੋਂ ਛੋਟੀ ਹੈ ਔਰ ਬਹੁਤ ਹੀ ਜ਼ਿਆਦਾ ਲੜਲੀ ਹੈ ਮੈਂ ਉਹਨੂੰ ਮਤਲਬ ਸ਼ੁਰੂ ਤੋਂ ਲੈ ਕੇ ਬੜਾ ਜ਼ਿਆਦਾ ਪਿਆਰ ਕੀਤਾ ਹੈ ਉਹਨੂੰ ਮਤਲਬ ਉਹ ਇੰਨਾ ਕਰਦੀ ਹੈ ਮੇਰੇ ਨਾਲ ਬਹੁਤ ਜ਼ਿਆਦਾ ਕਰਦੀ ਹੈ ਅਤੇ ਇਸ ਕਰਕੇ ਮੈਨੂੰ ਬੜੀ ਜ਼ਿਆਦਾ ਲੜਲੀ ਹੈ ਉਹ ਮੈਨੂੰ ਲੱਗਦਾ ਕਿ ਮੈਂ ਉਹਦੇ ਬਗੈਰ ਕਿਸ ਤਰ੍ਹਾਂ ਰਹਾਂਗੀ ਹਰ ਫੈਨ ਜਿਹੜੀ ਆਪਣੇ ਭਰਾ ਦੀ ਸਪੈਸ਼ਲ ਹੀ ਹੁੰਦੀ ਹੈ ਬਟ ਆਇਆ ਕਿ ਕਾਫੀ ਅੱਛਾ ਰਿਲੇਸ਼ਨ ਰਿਹਾ ਸਾਡਾ ਅਤੇ ਅੱਗੇ ਵੀ ਇਹ ਹੈ ਕਿ ਮੈਂ ਇਹਨੂੰ ਮਿਸ ਬਹੁਤ ਜ਼ਿਆਦਾ ਕਰਾਂਗਾ ਅਤੇ ਮੈਂ ਵਾਹਿਗੁਰੂ ਦੁਆ ਕਰਾਂਗਾ ਕਿ ਦੋਨੋਂ ਜ਼ਿੰਦਗੀ ਭਰ ਖੁਸ਼ ਰਹਿਣ ਆਪਸ ਵਿੱਚ ਪ੍ਰੇਮ ਭਾਵ ਬਣਿਆ ਰਹੇ ਅਤੇ ਰੱਬ ਇਹਨਾਂ ਨੂੰ ਸੇਧਾਂ ਬਖਸ਼ੇ ਤੰਦਰੁਸਤ ਅਤੇ ਚੜ੍ਹਦੀਆਂ ਕਲਾਂ 'ਚ ਰੱਖੇ ਜੱਸੀ ਐਜ਼ ਅ ਚਾਈਲਡ ਬਹੁਤ ਹੀ ਸ਼ਰਾਰਤੀ ਤਾਂ ਹੱਦ ਸੇ ਜ਼ਿਆਦਾ ਦੇਰ ਵਾਜ਼ ਨੋ ਕੰਪੈਰੀਜ਼ਨ ਮਤਲਬ ਮੇਰੇ ਔਰ ਜੱਸੀ ਮੈਂ ਮੈਂ ਥੋੜ੍ਹਾ ਸ਼ਾਂਤ ਥਾ ਬਚਪਨ ਮੈਂ ਵੀ ਮਤਲਬ ਥੋੜ੍ਹਾ ਸ਼ਰਾਰਤੀ ਥਾ ਪਰ ਜੱਸੀ ਤੋਂ ਇਕਦਮ ਲਿਮਿਟ ਕ੍ਰੋਸ ਕਰ ਦਿੱਤਾ ਥਾ ਮੇਰੇ ਕੋ ਬਚਪਨ ਮੈਂ ਮੈਂ ਚੱਲ ਵੀ ਨਹੀਂ ਸਕਦਾ ਥਾ ਔਰ ਉਸਨੇ ਪ੍ਰੈਸ ਲਗਾ ਦੀ ਉਹ ਅਬ ਤੱਕ ਮੁਝੇ ਖਟਕਤਾ ਹੈ ਸਭ ਕੋ ਬੋਲਤਾ ਰਹਤਾ ਹੂੰ ਮੇਰਾ ਬਰਥ ਮਾਕ ਹੈ ਬਰਥ ਮਾਕ ਹੈ ਗਗਨ ਤੋਂ ਜਾਣ ਤੋਂ ਬਾਅਦ ਸਭ ਤੋਂ ਜ਼ਿਆਦਾ ਜਿਹੜੀ ਚੀਜ਼ ਮੈਂ ਮਿਸ ਕਰਾਂਗਾ ਉਹ ਹੈ ਅਨੀਅਨ ਪਰਾਂਠਾ ਕਿਉਂਕਿ ਜ਼ਿਆਦਾਤਰ ਮੈਂ ਡਿਮਾਂਡ ਉਹਦੀ ਕਰਦਾ ਗਗਨ ਨੂੰ ਔਰ ਉਹਦੇ ਨਾਲ ਨਾਲ ਚਾਈਨੀਜ਼ ਡਿਸ਼ਿਜ਼ ਜਿੰਨੀਆਂ ਵੀ ਹੈਗੀਆਂ ਜੋ ਵੀ ਚਾਹੇ ਚੌਮਿਨਸ ਹੋ ਗਏ ਚਾਹੇ ਪਾਸਤਾ ਹੋ ਗਿਆ ਸਭ ਗਗਨ ਬਹੁਤ ਵਧੀਆ ਬਣਾਉਂਦੀ ਹੈ ਐਂਡ ਆਈ ਰੀਅਲੀ ਗੋਨਾ ਮਿਸ ਆਲ ਦੋਜ਼ ਇਨ ਹਰ ਐਬਸੈਂਸ And I didn't want to write a song Cause I didn't want anyone thinking I still care or don't But you still hit my phone ਬੰਦਾ ਤੋਂ ਬੜਾ ਨੇਕ ਦਿਲ ਕਾ ਹੈ ਦਿਖਤਾ ਸ਼ਰੀਫ ਹੈ ਹੈ ਕਮੀਨਾ ਬਾਕੀ ਤਾਂ ਦਿਲ ਬੜਾ ਸਾਫ਼ ਹੈ ਬੰਦੇ ਕਾ ਦੋਸਤੋਂ ਪੇ ਜਾਨ ਛਿੜਕਤਾ ਹੈ